ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਡਾ ਸਾਰਿਆਂ ਦਾ। ਅਤੇ ਅੱਜ ਇੱਕ ਨਵੀਂ ਲੋਕੇਸ਼ਨ ਨੂੰ ਚੱਲੇ ਹਾਂ। ਅਤੇ ਪਹਿਲਾਂ ਅਸੀਂ ਆਏ ਇਧਰਲੀ ਸਾਈਡ ਨੂੰ ਸੀਗੇ, ਪਰ ਦੂਸਰੀ ਸਾਈਡ ਸੀਗੀ। ਅੱਜ ਅਸੀਂ ਗੱਡੀ ਦੂਜੀ ਸਾਈਡ ਪਾਈ ਹੈ। ਅਤੇ ਲੋਕੇਸ਼ਨ ਦੇਖੋ, ਚੈੱਕ ਕਰਦੇ ਕੀ ਹਿਸਾਬ ਕਿਤਾਬ ਇੱਧਰ। ਇਹ ਇੱਧਰ ਦੀ ਲੋਕੇਸ਼ਨ ਆ ਨਵੀਂ। ਰੋਡ ਬਿਲਕੁਲ ਸਿੱਧੀ ਹੈ ਜੀ, ਮਤਲਬ ਕਿ ਵੈਦਰ ਬਹੁਤ ਹੀ ਜ਼ਿਆਦਾ ਕਲੀਨ ਹੈ। ਅਤੇ ਅੱਗੇ ਵਾਲਾ ਥੋੜ੍ਹਾ ਜਿਹਾ ਹਿਸਾਬ ਨਾਲ ਹੀ ਚੱਲ ਰਿਹਾ, 100 ਦੀ ਸਪੀਡ ਦੇ ਹੁਣ ਤੁਸੀਂ ਟੇਕ ਓਵਰ ਵੀ ਕਰ ਸਕਦੇ ਹੋ। ਹਾਂਜੀ, ਆਹ ਯੈਲੋ ਲਾਈਨ ਬ੍ਰੇਕ ਹੋਈ ਹੋਈ ਹੈ। ਅੱਛਾ ਅੱਛਾ, ਖਿੱਚ ਗਈ, ਅਸੀਂ ਆਪਾਂ ਟੇਕ ਓਵਰ ਕਰ ਸਕਦੇ ਹਾਂ। ਇੰਡੀਕੇਟਰ ਦੇ ਕੇ ਆਪਾਂ ਆਪਣੇ ਟਰੈਕ 'ਤੇ ਆ ਗਏ। ਅੱਛਾ ਅੱਛਾ, 100 ਦੀ ਸਪੀਡ ਹੈ, ਬੰਦਾ ਬਿਲਕੁਲ 80 ਦੀ ਸਪੀਡ 'ਤੇ ਲੱਗ ਰਿਹਾ ਸੀ। ਅਤੇ ਹੁਣ ਆਪਾਂ ਨਿਕਲ ਗਏ ਹਾਂ ਅਤੇ ਵਿਊ ਲੈਂਦੇ ਹੋਏ ਜਾਂਦੇ ਹਾਂ। ਕਿਤੇ ਨਾ ਕਿਤੇ ਸਾਹਮਣੇ ਕੁਛ ਨਾ ਕੁਛ ਆਉਂਦਾ ਹੋਇਆ ਕਾਸਲ ਰਿਵਰ। ਇਧਰਲੀ ਸਾਈਡ ਰਿਵਰਸ ਬਹੁਤ ਜ਼ਿਆਦਾ ਨੇ, ਮਤਲਬ ਲੇਕਸ ਹੋ ਗਈਆਂ, ਰਿਵਰ ਹੋ ਗਏ, ਬਹੁਤ ਜ਼ਿਆਦਾ ਨੇ। ਵਿਊ ਦੇਖੋ ਤੁਸੀਂ, ਤਾਂ ਇਹ ਲੱਗਦਾ ਕਿ ਪਹਾੜ ਜੀ ਸਿੱਧਾ ਹੀ ਪਹਾੜਾਂ ਨੂੰ ਪਾ ਲਾ ਗੱਡੀ, ਮੈਂ ਕਹਿੰਦਾ ਉੱਤੇ ਖੜਾ ਲੈਣੇ ਜਾ ਕੇ। ਲੱਗਦਾ ਤਾਂ ਇੱਦਾਂ ਹੀ ਹੈ ਯਾਰ, ਕਰਨਾ ਹੀ ਪੈਣਾ ਯਾਰ। ਪਰ ਨਹੀਂ, ਕੁਛ ਕੁ ਚੀਜ਼ਾਂ ਥਾਵਾਂ 'ਤੇ ਇੱਥੇ ਪ੍ਰਾਈਵੇਟ ਪ੍ਰੋਪਰਟੀ ਆ, ਹੈ ਨਾ, ਮਤਲਬ ਆਪਾਂ ਐਂਟਰੀ ਨਹੀਂ ਕਰ ਸਕਦੇ ਉੱਥੇ, ਬਸ ਦੂਰੋਂ ਖੜ ਕੇ ਸਵਾਦ ਹੀ ਲੈ ਸਕਦੇ ਹਾਂ। ਹਾਂ ਇਹ ਤਾਂ ਹੈ ਯਾਰ। ਤੁਸੀਂ ਆਹ ਚੜ੍ਹਾਈ ਇਹ ਹਾਲ ਲੈਣ ਚੈੱਕ ਕਰੋ, ਜਿਵੇਂ ਸਿੱਧਾ ਰੋਡ ਇਸ ਵਰਗਾ ਨੂੰ ਜਾਂਦਾ ਹੋਵੇ। ਆ ਗਈ ਜੀ ਕੈਸਲ ਰਿਵਰ, ਦਿਖਾ ਦਿਓ ਕੈਸਲ ਰਿਵਰ। ਆ ਦੇਖੋ ਕੈਸਲ ਰਿਵਰ ਹੈ, ਛੋਟੀ ਮੁੜਦੇ ਹੋਏ ਕਿਤੇ ਰੁਕੇ ਸਪੋਟ ਦਿਖਾਉਂਦੇ ਆ ਜੀ। ਹਾਂ ਜ਼ਰੂਰ, ਮਤਲਬ ਕਿ ਇੱਥੇ ਕਿ ਜ਼ਿਆਦਾ ਹਰਿਆਲੀ, ਬਹੁਤ ਜ਼ਿਆਦਾ ਇੱਥੇ, ਬਹੁਤ ਹੀ ਜ਼ਿਆਦਾ ਹਰਿਆਲੀ ਆ। ਸਰਦੀਆਂ ਦੇ ਵਿੱਚ ਬਰਫ਼ ਦੇਖਣ ਨੂੰ ਮਿਲਦੀ ਹੈ ਅਤੇ ਗਰਮੀਆਂ ਦੇ ਵਿੱਚ ਹਰਿਆਲੀ। ਵੈਦਰ ਵੀ ਬਹੁਤ ਕਲੀਨ ਹੈ ਇੱਥੋਂ ਦਾ, ਮਤਲਬ ਇਹ ਵੀ ਨਹੀਂ ਹੈਗਾ ਕਿ ਜ਼ਿਆਦਾ ਮਿੱਟੀ ਧੂੜ ਕੁਛ ਵੀ ਨਹੀਂ। ਹਜੇ ਸ਼ਹਿਰਾਂ ਦੇ ਵਿੱਚ ਥੋੜ੍ਹਾ ਜਿਹਾ ਪੋਲਿਊਸ਼ਨ ਡਿਫੀਕਲਟ ਆ, ਉੱਥੇ ਮਤਲਬ ਇੰਨਾ ਕਲੀਅਰ ਵੈਦਰ ਨਹੀਂ ਹੁੰਦਾ ਜਿੰਨਾ ਇਹ ਟਾਊਨਾਂ ਦੇ ਵਿੱਚ ਹੁੰਦਾ। ਜਿਵੇਂ ਆਹ ਦੇਖੋ, ਖੁੱਲ੍ਹੇ ਖਾਤੇ ਉੱਥੇ ਗਾਵਾਂ ਆਪਦਾ ਚਾਰਾ ਚਰਦੀਆਂ ਨੇ ਅਤੇ ਸ਼ਾਮ ਨੂੰ ਆਪਦੇ ਫਾਰਮ 'ਚ ਪਹੁੰਚ ਜਾਂਦੀਆਂ ਆਪਣੇ ਆਪ ਹੀ। ਪੰਜਾਬ 'ਚ ਹੁੰਦਾ ਇੱਥਾਂ ਵਿਕੀ ਹੋਣੀ ਸੀ, ਕੋਈ ਨਾ ਕੋਈ ਫਲੈਟ ਕੱਟੇ ਹੋਣੇ ਸੀ। ਹਾਂ ਇਹ ਤਾਂ ਹੈ ਹੀ ਹੈ। ਕਹਿੰਦੇ ਕੈਨੇਡਾ ਇੰਨਾ ਖਾਲੀ ਪਿਆ ਨਾ ਕਿ ਮਤਲਬ ਕਿ ਸਾਡਾ ਇੱਕ ਟੀਚਰ ਗੱਲ ਕਰਦਾ ਸੀਗਾ, ਕਹਿੰਦਾ ਜਿਸ ਹਿਸਾਬ ਨਾਲ ਹੁਣ ਬੱਚੇ ਜਾਂਦੇ ਆ ਨਾ, ਜੇ ਅੱਜ ਤੋਂ 40-50 ਸਾਲ ਹੋਰ ਜਾਈਏ ਤਾਂ ਵੀ ਨਹੀਂ ਭਰਦਾ, ਤਾਂ ਵੀ ਨਹੀਂ ਭਰਦਾ, ਇੰਨਾ ਜ਼ਿਆਦਾ ਖਾਲੀ ਪਿਆ ਕੈਨੇਡਾ। ਸਨੋਇੰਗ ਰੀਜਨ ਨੂੰ ਵਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਂ ਇਹ ਤਾਂ ਹੈ ਹੀ ਹੈ। ਬਾਕੀ ਚਲੋ ਦੇਖਦੇ ਹਾਂ ਕਿੰਨਾ ਕੁ ਵਸਦਾ ਆ। ਆਹ ਇੱਕ ਪੁਰਾਣਾ ਜਿਹਾ ਘਰ ਟੁੱਟਿਆ ਹੋਇਆ, ਰਾਜੇ ਮਹਾਰਾਜਿਆਂ ਦੇ ਟਾਈਮ ਦਾ। ਇੱਥੇ ਵੀ ਕੋਈ ਮਹਾਰਾਜਾ ਐਲੈਕਸ ਉਲੈਕਸ ਰਹਿੰਦਾ ਹੋਊਗਾ। ਇੱਥੇ ਟਾਊਨਾਂ ਦੇ ਨਾਮ ਵੀ ਥੋੜ੍ਹੇ ਜਿਹੇ ਬਹੁਤ ਹੀ ਜ਼ਿਆਦਾ ਅਜੀਬ ਨੇ, ਅਸੀਂ ਤੁਹਾਨੂੰ ਮੈਂ ਕੁਛ ਦੱਸ ਵੀ ਨਹੀਂ ਸਕਦਾ ਕਿ ਮਤਲਬ ਕਿ ਕੁਛ ਅਜੀਬ ਜਿਹੇ ਨਾਮ ਨੇ, ਅਟਪਟੇ ਜਿਹੇ ਨਾਮ, ਅਟਪਟੇ ਜਿਹੇ ਨਾਮ ਨੇ ਜਿਹਦਾ ਪੰਜਾਬੀ ਭਾਸ਼ਾ 'ਚ ਮਤਲਬ ਕੁਛ ਹੋਰ ਨਹੀਂ ਹੁੰਦਾ, ਗਲਤ ਮਤਲਬ ਨਿਕਲਦਾ ਜੇ ਆਪਾਂ ਦੇਖਿਆ ਜਾਵੇ ਤਾਂ। ਜੇ ਕਦੇ ਹੁਣ ਛੁੱਟੀ ਹੋਈ ਤਾਂ ਅਸੀਂ ਉੱਧਰਲੇ ਟਾਊਨ ਨੂੰ ਵੀ ਜਾ ਕੇ ਆਵਾਂਗੇ, ਉੱਧਰ ਵੀ ਬਹੁਤ ਸੋਹਣੀ ਲੇਕ, ਬਹੁਤ ਸੋਹਣੀ ਲੋਕੇਸ਼ਨਾਂ ਨੇ, ਜ਼ਰੂਰ ਦਿਖਾਵਾਂਗੇ ਤੁਹਾਨੂੰ। ਬਹੁਤ ਸਾਹਮਣੇ ਵਾਲਾ ਵਿਊ ਬਹੁਤ ਸੋਹਣਾ, ਇੱਧਰੋਂ ਬੱਦਲਾਂ ਦੀ ਛਾਂ ਦੇ ਨਾਲ ਧੁੱਪ ਪੈਂਦੀ ਹੋਈ। ਹਾਂ ਇਹ ਤਾਂ ਹੈ, ਇਹ ਕਲਾਸਿਕ ਵਿਊ ਪੈਂਦਾ ਹੋਇਆ। ਇਹੋ ਜਿਹੜੀਆਂ ਹਿੰਦੀ ਫਿਲਮਾਂ ਵਾਲੀਆਂ ਵਾਦੀਆਂ ਨੇ ਨਾ, ਉਹਨਾਂ ਵਰਗੀਆਂ ਵਾਦੀਆਂ ਲੱਗਦੀਆਂ ਨੇ ਜਿੱਦਾਂ ਇੱਥੇ ਸ਼ੂਟ ਕੀਤਾ ਹੁੰਦਾ ਆ ਗਏ ਉਹਨਾਂ ਨੇ। ਹਾਂ ਸਹੀ ਗੱਲ ਹੈ, ਉਹ ਪੁਰਾਣੀਆਂ ਫਿਲਮਾਂ 'ਚ ਹੁੰਦਾ ਸੀ ਨਾ ਵਾਦੀਆਂ, ਉਹ ਚੀਜ਼ ਆ। ਮਿੱਟੀ ਇੱਥੇ ਤਾਂ ਨਹੀਂ ਉੱਡਦੀ ਕਿਉਂਕਿ ਸਾਰੇ ਪਾਸੇ ਘਾਹ ਹੀ ਘਾਹ ਉੱਗਿਆ ਹੁੰਦਾ, ਨਾ ਇਹ ਘਾਹ ਨਾ ਇਹ ਬਹਿ ਜਾਂਦੀ ਆ। ਹੁਣ ਜਿਵੇਂ ਆਹ ਛੋਟਾ ਜਿਹਾ ਘਰ, ਅਗਲੇ ਦੀ ਆਪਦੀ ਜ਼ਮੀਨ ਆ, ਆਪਦੇ ਘੋੜੇ ਰੱਖੇ ਆ, ਚਲੋ ਜੀ ਆਪਦਾ ਇੰਜੋਏ ਕਰਦੇ ਨੇ। ਮਤਲਬ ਕਿ ਇਹਨਾਂ ਨੂੰ ਗੋਰਿਆਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਸ਼ਾਂਤੀ ਪਸੰਦ ਕਰਦੇ ਨੇ ਕਿ ਸਾਡੇ ਨਾਲ ਕੋਈ ਆਲੇ ਰੌਲਾ ਦੁਆਲਾ ਨਾ ਹੋਵੇ, ਇਹ ਚੀਜ਼ ਆ। ਫਾਰਮਿੰਗ ਕਰਦੇ ਨੇ ਉਹ, ਤਾਂ ਫਾਰਮਿੰਗ ਨੂੰ ਇਹ ਮੰਨਦੇ ਕਿ ਸ਼ਾਹੀ ਕਿੱਤਾ ਇੱਕ ਤਰ੍ਹਾਂ ਦਾ। ਹਾਂਜੀ ਇੱਥੇ ਉਹ ਦੇਖੋ ਸਾਹਮਣੇ ਕਿੰਨਾ ਖੁੱਲ੍ਹਾ ਫਾਰਮ ਹੈ, ਕਿਆ ਕਲਾਸਿਕ ਵਿਊ ਹੈ ਜੀ। ਔਰਗੈਨਿਕ, ਸਾਰੀ ਔਰਗੈਨਿਕ ਖੇਤੀ ਕਰਦੇ ਨੇ ਇਹ ਸਾਰੀ, ਮਤਲਬ ਇੱਕ ਤਰ੍ਹਾਂ ਆਪਦੀ ਵਾਹੀ ਕਰਕੇ ਉਸ ਤੋਂ ਬਾਅਦ ਬੀਜ ਲਾ ਕੇ ਛੱਡ ਦਿੰਦੇ ਨੇ। ਚਲੋ ਜੀ, ਜਦੋਂ ਪਾਣੀ ਦੀ, ਜਦੋਂ ਵੀ ਇਹਨਾਂ ਨੂੰ ਪਤਾ ਹੀ ਹੈ ਕਦੋਂ ਪਾਣੀ ਫਸਲ ਨੂੰ ਦੇਣਾ। ਲੇਕ ਜਿਹੜੀ
ਉਹ ਸੀਗੀ ਉਹ ਦੇਖੋ ਵਿੱਚ ਬੋਟਿੰਗ ਵੀ ਕਰ ਰਹੇ ਨੇ ਕੁਛ ਇੱਥੋਂ ਕਿਤੇ ਸਪੌਟ ਹੋਣਾ ਤਾਂ ਰੁਕ ਕੇ ਜ਼ਰੂਰ ਆਪਾਂ ਵਿਊ ਲੈਂਦੇ ਹਾਂ ਇਹਦਾ ਵੈਸੇ ਇਹ ਲੇਕ ਘੁੰਮ ਕਿੱਧਰ ਨੂੰ ਰਹੀ ਹੈ ਆਹ ਦੇਖੋ ਤੁਸੀਂ ਇਹ ਤਾਂ ਇਹ ਲੱਗਦਾ ਕਿ ਬੱਦਲ ਆ ਮੈਂ ਆਈ ਥਿੰਕ ਇੱਥੇ ਆਪਾਂ ਨੂੰ ਰੁਕਣਾ ਚਾਹੀਦਾ ਰਾਈਟ ਤੇ ਇੱਥੋਂ ਅਸੀਂ ਬੈਕ ਟਰਨ ਲਵਾਂਗੇ ਤੇ ਨਾਲ ਹੀ ਸ਼ਾਇਦ ਛੋਟੀ ਜਿਹੀ ਲੇਕ ਆ ਚੈੱਕ ਕਰਦੇ ਹਾਂ ਅਸੀਂ ਆਪਾਂ ਵੇਟ ਕਰ ਲੈਂਦੇ ਥੋੜ੍ਹਾ ਥੋੜ੍ਹਾ ਜਿਹਾ ਇੱਧਰ ਦਾ ਵੀ ਵਿਊ ਲੈਂਦੇ ਹੋਏ ਅਤੇ ਨਾਲ ਹੀ ਸਾਹਮਣੇ ਵਿਊ ਬਹੁਤ ਸੋਹਣਾ ਆ ਜਿਸ ਤਰ੍ਹਾਂ ਆਪਣੇ ਇਹ ਹਿਮਾਚਲ ਵਾਲੀ ਸਾਈਡ ਨੇ ਨਾ ਪਰ ਉਹ ਤੋਂ ਤਾਂ ਬਹੁਤ ਹੀ ਜ਼ਿਆਦਾ ਉੱਪਰ ਦੀ ਖੂਬਸੂਰਤੀ ਹੈ ਦੇਸ਼ਾਂ ਦੇ ਵਿੱਚ ਪਰ ਕੁਛ ਕੁ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀਆਂ ਕੁਛ ਜ਼ਿਆਦਾ ਸਾਈਡ ਇਫੈਕਟ ਵੀ ਹੁੰਦੇ ਨੇ ਪੋਜ਼ੀਟਿਵ ਵੀ ਹੁੰਦੇ ਨੇ ਇਹ ਚੀਜ਼ ਕਿ ਇਹਨਾਂ ਟਾਊਨਾਂ ਦੇ ਵਿੱਚ ਰਹਿਣ ਦਾ ਫਾਇਦਾ ਹੈ ਕਿ ਬੰਦਾ ਖੁੱਲ੍ਹ ਕੇ ਆਪਦਾ ਟੈਨਸ਼ਨ ਫਰੀ ਹੋ ਕੇ ਰਹਿੰਦਾ ਬਟ ਥੋੜ੍ਹਾ ਇੰਜੋਏ ਨਹੀਂ ਹੁੰਦਾ ਇੰਨਾ ਜਿਹੜਾ ਆਪਾਂ ਕਹਿੰਦੇ ਸ਼ਹਿਰਾਂ ਦੇ ਵਿੱਚ ਹੁੰਦਾ ਕਲੱਬ ਕਲੁੱਬ ਮੌਲ ਸ਼ੋਲ ਉਹ ਨਹੀਂ ਹੈਗੇ ਬਸ ਇੱਥੇ ਇੱਥੇ ਇਹ ਹੈ ਕਿ ਥੋੜ੍ਹਾ ਬਹੁਤ ਚਲੋ ਆਪਦਾ ਜੇ ਕਿਸੇ ਕੋਲ ਵਹੀਕਲ ਹੈਗਾ ਤਾਂ ਥੋੜ੍ਹਾ ਟਰਾਂਸਪੋਰਟੇਸ਼ਨ ਦਾ ਦਿੱਕਤ ਆਉਂਦੀ ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਆਪਣੀ ਥੋੜੇ ਵੀਰ ਭਰਾਈ ਲੱਗਦੇ ਨੇ ਜਿਹੜੇ ਸਾਹਮਣੇ ਇਹਨੇ ਖੜੇ ਨੇ ਹਾਂ ਇੱਥੇ ਲਾ ਦੇ ਮੈਂ ਕਹਿੰਦਾ ਗੱਡੀ ਹਾਂਜੀ ਉਹ ਆਪਾਂ ਇੱਧਰ ਨਹੀਂ ਲਾਉਂਦੇ ਆਪਾਂ ਇੱਧਰ ਲਾਵਾਂਗੇ ਇੱਥੋਂ ਵਿੱਚ ਗੱਡੀ ਇਹੋ ਜਗ੍ਹਾ ਤੇ ਲਾਏਗੀ ਜਿੱਥੇ ਆਪਾਂ ਖੜ ਵੀ ਸਕੀਏ ਹਾਂਜੀ ਵੀਰ ਜੀ ਆ ਦੇਖੋ ਬਿਲਕੁਲ ਕਲਾਸਿਕ ਵਿਊ ਤੁਹਾਨੂੰ ਲੈ ਕੇ ਦਵਾਂਗੇ ਹਾਂ ਦੇਖੋ ਥੱਲੇ ਡਰ ਦਈਏ ਧੋਖੀ ਲੈ ਚੱਲਦੇ ਆ ਬਾਲਾ ਕਰ ਦੱਸਿਆ ਆਹ ਦੇਖ ਇੱਥੇ ਆਹ ਲੇਕ ਬਣੀਆਂ ਹੋਈਆਂ ਨੇ ਜਿੱਥੇ ਕਿ ਲੋਕ ਆ ਕੇ ਬੋਟਿੰਗ ਕਰਦੇ ਨੇ ਧਿਆਨ ਨਾਲ ਥੋੜ੍ਹਾ ਦਿਲਸਦੇ ਨੇ ਪੈਰ ਇੱਥੇ ਆਹ ਲੇਕ ਹੈ ਕਿਵੇਂ ਲੱਗੀ ਲੇਕ ਬਹੁਤ ਸੋਹਣੀ ਲੇਕ ਹੈ ਜੀ ਹੋਰ ਨਾ ਠੰਡ ਲਵਾ ਲਈ ਮਾਮਾ ਉਸਤਾਦ ਇੱਥੇ ਤਾਂ ਹੋਰ ਵੀ ਵਧੀਆ ਕੰਮ ਆ ਇੱਧਰ ਆ ਇੱਧਰ ਆ ਦੇਖ ਇੱਧਰ ਆ ਤੂੰ ਉਧਰ ਦੀ ਅੱਗੋਂ ਦੀ ਆ ਜਾ ਫਿਰ ਅੱਗੇ ਇੱਧਰ ਦੀ ਦੇਖੀ ਅੱਗੋਂ ਦੀ ਕਾਸਲ ਰਿਵਰ ਤੇ ਆਏ ਆ ਬਹੁਤ ਹੀ ਮਤਲਬ ਲੰਬੀ ਰਿਵਰ ਆ ਬਹੁਤ ਡੂੰਘੀ ਵੀ ਲੱਗਦੀ ਆ ਨਾ ਕਿ ਨਹੀਂ ਤੇ ਕਿਵੇਂ ਦਾ ਐਕਸਪੀਰੀਅੰਸ ਆ ਬਾਈ ਤੇਰਾ ਇੱਥੋਂ ਦਾ ਤੈਨੂੰ ਇਹੋ ਜਿਹਾ ਇਹ ਲੋਕੇਸ਼ਨਾਂ ਵਧੀਆ ਲੱਗਦੀਆਂ ਕਿ ਸ਼ਹਿਰ ਵਾਲੀਆਂ ਨਾ ਨਾ ਆਪਾਂ ਸ਼ੁਰੂ ਤੋਂ ਯਾਰ ਸਿਟੀ ਸੈਂਟਰ ਨੂੰ ਥੋੜਾ ਅਵੋਇਡ ਹੀ ਕੀਤਾ ਹਾਂ ਆਪਾਂ ਨੂੰ ਲਾਈਕ ਕੰਟਰੀ ਸਾਈਡ ਜ਼ਿਆਦਾ ਸ਼ਾਂਤੀ ਏਰੀਆ ਵਧੀਆ ਲੱਗਦਾ ਮਤਲਬ ਲਾਈਕ ਵੀ ਲਾਈਕ ਦਾ ਪੀਸਫੁਲ ਏਰੀਆਸ ਨਾ ਹਾਂਜੀ ਮਤਲਬ ਕਿ ਇਹ ਬੈਸਟ ਲੋਕੇਸ਼ਨ ਆ ਇੱਥੋਂ ਚੱਲਾਂ ਉਧਰੋਂ ਚੱਲਦੇ ਆ ਬੰਦੇ ਨੂੰ ਘੁੰਮਣ ਵਾਸਤੇ ਕੋਈ ਗੱਲ ਨਹੀਂ ਖੜ ਜਾਣ ਇੱਥੇ 2 ਮਿੰਟ ਫਿਰ ਕੀ ਹੋ ਗਿਆ ਉਧਰ ਚੱਲਦੇ ਆ ਉੱਥੇ ਉੱਥੋਂ ਲੈਣੇ ਥੋੜੀ ਜਿਹੀ ਲੋਕੇਸ਼ਨ ਬੈਸਟ ਲੋਕੇਸ਼ਨ ਆ ਇੱਥੇ ਤੇ ਨਾਲ ਨਾਲ ਤੁਸੀਂ ਇੱਥੇ ਫਿਸ਼ਿੰਗ ਵਗੈਰਾ ਵੀ ਕਰ ਸਕਦੇ ਹੋ ਦੇਖ ਹੀ ਸਕਦੇ ਤੁਸੀਂ ਕੁਝ ਲੋਕ ਇਹਦੇ ਫਿਸ਼ਿੰਗ ਕਰਨ ਆਉਂਦੇ ਨੇ ਤੇ ਤੁਸੀਂ ਬਾਰਬੀਕਿਊ ਵੀ ਲਾ ਸਕਦੇ ਹੋ ਇੱਥੇ ਐਸ ਪਰ ਦਾ ਚੋਇਸ ਉਹ ਮੇਲਾ ਦਾ ਪਰਮਿਸ਼ਨ ਨਹੀਂ ਵੇ ਕਿ ਨਹੀਂ ਨਹੀਂ ਉਹਦੀ ਕੋਈ ਪਰਮਿਸ਼ਨ ਨਹੀਂ ਪੋਰਟੇਬਲ ਬਾਰਬੀਕਿਊ ਲਿਆ ਹੋ ਅੱਛਾ ਤੇ ਆਰਾਮ ਨਾਲ ਇੱਥੇ ਬੈਠ ਕੇ ਬਾਰਬੀਕਿਊ ਕਰੋ ਕੋਈ ਇਹੋ ਜਿਹਾ ਚੱਕਰ ਨਹੀਂ ਬਸ ਗੰਦ ਨਹੀਂ ਪਾਉਣਾ ਹੈਗਾ ਗੰਦ ਪਾਓਗੇ ਫਿਰ ਫਾਈਨ ਲੱਗੂਗਾ ਤੁਹਾਨੂੰ ਅੱਛਾ ਠੀਕ ਹੈ ਉਹ ਆਪਾਂ ਅਵੋਇਡ ਕਰਨਾ ਆ ਉਹ ਤਾਂ ਚੱਲ ਪਰ ਇਹੋ ਜਿਹੀ ਖੂਬਸੂਰਤੀਆਂ ਨੂੰ ਜੇ ਗੰਦਾ ਕਰਾਂਗੇ ਤਾਂ ਨਾ ਆਪਣੇ ਆਪ ਨੂੰ ਗੰਦ ਆਪਣੇ ਆਪ ਨੂੰ ਗੰਦ ਭੋਗਣਾ ਪਊਗਾ ਇਹ ਤਾਂ ਗੱਲ ਤੇਰੀ ਪਾਣੀ ਕਿੰਨਾ ਸਾਫ਼ ਆ ਤੁਹਾਨੂੰ ਪੱਥਰ ਵੀ ਨੀਚੇ ਵਾਲੇ ਸਾਫ਼ ਦੇਖੋ ਤੁਸੀਂ ਕਿੰਨਾ ਸਾਫ਼ ਹੈ ਕੀ ਮਤਲਬ ਕਿ ਬਹੁਤ ਹੀ ਜ਼ਿਆਦਾ ਕਲੀਅਰ ਪਾਣੀ ਆ ਦੇਖਿਆ ਜਾਵੇ ਹਾਂਜੀ ਉਹ ਗਲਾਈਡਰ ਜਾ ਰਹੇ ਜੀ ਗਲਾਈਡਰ ਹਾਂਜੀ ਇਹ ਪਰਸਨਲ ਹੁੰਦੇ ਨੇ ਉਹ ਨੇ ਹਾਂਜੀ ਅੱਛਾ ਇਹ ਪਰਸਨਲ ਗਲਾਈਡਰ ਜਾ ਉੱਪਰ ਜਾ ਰਹੇ ਨੇ ਤੇ ਆਪਣੇ ਕੁਛ ਵੀਰ ਭਜਾਈ ਪੇ ਇੱਥੇ ਇੰਡੀਅਨ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਚਲੇ ਗਏ ਉਹ ਵੀ ਇੱਥੇ ਕਹਿੰਦੇ ਘੁੰਮਣ ਆਏ ਸੀ ਵੀਕਐਂਡ ਤੇ ਤੇ ਇੱਥੇ ਆ ਕੁਛ ਕੁ ਇੱਥੋਂ ਦੇ ਜਿਹੜੇ ਲੋਕ ਨੇ ਉਹ ਫਿਸ਼ਿੰਗ ਕਰ ਰਹੇ ਨੇ ਇਹ ਬੱਚਾ ਛੋਟਾ ਜਿਹਾ ਵੀ ਨਾਲ ਉਹਦਾ ਮਿਲਣ ਦਾ ਪਾਪਾ ਹੋਊਗਾ ਕਿ ਨਹੀਂ ਹੋਰ ਬਾਈ ਜੀ ਬਸ ਜੀ ਬਹੁਤ ਵਧੀਆ ਮੈਂ ਨਜ਼ਾਰੇ ਲੈ ਰਿਹਾ ਇਸ ਮਤਲਬ ਉਹ ਉੱਥੇ ਜਾ ਕੇ ਬੈਠਣਾ ਵਧੀਆ ਮੈਨੂੰ ਲੱਗਦਾ ਉੱਥੇ ਵਧੀਆ ਕੰਮ ਉੱਥੇ ਆਪਾਂ ਤਾਂ ਬੈਠਾਂਗੇ ਯਾਰ ਜੇ ਆਪਾਂ ਨੂੰ ਬੂਟ ਬਾਟ ਖੋਲੇ ਹੋਣਗੇ ਤੇ ਬੂਟ ਖੋਲ ਲੈਣੇ ਤੇ ਮੈਂ ਕਿਹਾ ਹੋਰ ਲੋਕੀ ਉਹ ਕਰਨਗੇ ਬਾਕੀ ਹੋਰ ਵੀ ਆਏ ਹੋਏ ਨੇ ਇਹ ਤਾਂ ਗੱਲ ਤੇਰੀ ਸਹੀ ਹੈ ਬਾਕੀ ਦੇਖਦੇ ਹਾਂ ਅੱਗੇ ਜੇ ਥੋੜ੍ਹਾ ਜਿਹਾ ਆਪਾਂ ਅੱਗੇ ਜਾਂਦੇ ਹਾਂ ਤਾਂ ਅੱਗੋ ਦੀ ਲੋਕੇਸ਼ਨ ਦੇਖ ਲੈਂਦੇ ਕਿਵੇਂ ਦੀ ਲੋਕੇਸ਼ਨ ਹੈ ਕਿਵੇਂ ਦੀ ਨਹੀਂ ਕਿ ਨਹੀਂ ਹਾਂਜੀ ਅੱਗੇ ਦੀ ਬਸ ਥੋੜਾ ਜਿਹਾ ਕੁੜੀ ਵਿਊ ਲੈ ਲਈਏ ਇੱਕ ਵਿਊ ਦੇਖੋ ਕਿੱਡਾ ਵਧੀਆ ਬੰਦੇ ਨੇ ਘਰ ਆਪਣਾ ਬਣਾਇਆ ਹੋਇਆ ਬਿਲਕੁਲ ਲੇਕ ਦੇ ਉੱਥੇ ਪਰਸਨਲ
ਵਿਜ਼ਿਟ ਕਰ ਸਕਦਾ ਜਦੋਂ ਉਹਦਾ ਵੀ ਦਿਲ ਕਰੇ ਉਹ ਬਿਲਕੁਲ ਤੁਸੀਂ ਹਾਊਸ ਬੋਟ ਸਪੋਟ ਉਹ ਘਰ ਹੈ ਘਰ ਦੇ ਨਾਲ ਹੀ ਉੱਥੇ ਉਹਨੇ ਨੀਚੇ ਨੂੰ ਉਹ ਬਣਾਇਆ ਹੋਇਆ ਆਪਣਾ ਆਪਦਾ ਬੰਦਾ ਸ਼ਾਮ ਨੂੰ ਆ ਕੇ ਆਰਾਮ ਨਾਲ ਬੈਠੇ ਰਿਲੈਕਸ ਮੂਡ ਜਦੋਂ ਬੰਦਾ ਥੱਕਿਆ ਆ ਰਿਹਾ ਕੰਮ ਤੋਂ ਸੂਰਜ ਡੁੱਬਦਾ ਹੋਇਆ ਦੇਖੇ ਹਨਾ ਤੇ ਸਾਹਮਣੇ ਦੇਖੋ ਪਹਾੜਾਂ ਦੇ ਨਾਲ ਲੇਕ ਇੱਥੇ ਤੇ ਬਈ ਜੋ ਝੀਲ ਦੇ ਨਜ਼ਾਰੇ ਲੈ ਰਹੇ ਨੇ ਉਹ ਇਸ ਟਾਈਮ ਦੇਖੋ ਮਈ 28 ਹੋ ਗਈ ਕਿੰਨਾ ਟਾਇਆ ਕਿੰਨੀ ਹਾਂ ਜੀ ਅੱਜ 27 ਮਈ ਆਈ ਬਿਲੀਵ 27 ਮਈ ਹੋ ਗਈ ਤੇ ਫੇਰ ਵੀ ਇੱਥੇ ਮਤਲਬ ਕਿ ਠੰਡ ਹੀ ਆ ਮਤਲਬ ਉਹ ਜਿਹੜੀ ਇੰਡੀਆ ਵਾਲੀ ਗਰਮੀ ਆ ਨਾ ਉਹ ਗਰਮੀ ਨਹੀਂ ਹੈਗੀ ਹਾਂਜੀ ਵੀ ਪਹਾੜਾਂ ਦੇ ਉੱਤੇ ਤੁਸੀਂ ਦੇਖੋਗੇ ਨਾ ਵੀਡੀਓ ਦੇ ਵਿੱਚ ਜੇ ਤੁਹਾਨੂੰ ਕਿਤੇ ਦਿਖਿਆ ਹਜੇ ਵੀ ਪਹਾੜਾਂ ਦੇ ਉੱਤੇ ਬਰਫ਼ ਪਈ ਆ ਕਿ ਹਜੇ ਵੀ ਉਹ ਚੰਗੀ ਤਰ੍ਹਾਂ ਨਹੀਂ ਖੁਰੀ ਹਾਂਜੀ ਹੁਣ ਅਸੀਂ ਬਾਈ ਇੱਥੋਂ ਚੱਲਣ ਲੱਗੇ ਆ ਥੋੜ੍ਹਾ ਟਾਈਮ ਇੰਜੋਏ ਕਰਕੇ ਉਹ ਸਾਹਮਣੇ ਬੋਟਿੰਗ ਵੀ ਹੋ ਜਾਂਦੀ ਆ ਦੇਖੋ ਹੁਣ ਵਾਪਿਸ ਬਾਈ ਕਿੱਧਰ ਨੂੰ ਜਾਣਾ ਆਪਾਂ ਆਪਾਂ ਇਸ ਤੋਂ ਅੱਗੇ ਨਿਕਲਦੇ ਆ ਮੇਰੇ ਕੋਲ ਸਪਾਰ ਰੋਡ ਹੈ ਕਿ ਅੱਛਾ ਉੱਥੇ ਜਾਂਦੇ ਆ ਉੱਥੇ ਦੇਖਦੇ ਆ ਜੀ ਕੀ ਏਰੀਆ ਹੈ ਕਿੱਦਾਂ ਦਾ ਏਰੀਆ ਠੀਕ ਆ ਓਕੇ ਇਹ ਬਹੁਤ ਹੀ ਮਤਲਬ ਕਿ ਇਹ ਛੋਟੀਆਂ ਛੋਟੀਆਂ ਲੇਕਾਂ ਜਿਵੇਂ ਇੱਥੇ ਹੈਗੀਆਂ ਇਹ ਬਹੁਤ ਸਾਰੀਆਂ ਤੁਹਾਨੂੰ ਮਿਲਣਗੀਆਂ ਟਾਊਨਾਂ ਦੇ ਵਿੱਚ ਜਾਂ ਆਲੇ ਦੁਆਲੇ ਦੇ ਆਹ ਜਿਵੇਂ ਹੁਣ ਇੱਕ ਬਾਈ ਹੁਣ ਇੱਥੇ ਆਏ ਨੇ ਨਾਲ ਇਹ ਆਪਣੀ ਆਹ ਇਹਨੂੰ ਕੀ ਕਹਿੰਦੇ ਨੇ ਗੋਰੇ ਆਪਦਾ ਸਮਾਨ ਨਾਲ ਲੈ ਕੇ ਚੱਲਦੇ ਨੇ ਬਹੁਤ ਹੀ ਦੇਖੋ ਬਹੁਤ ਹੀ ਪਿਆਰਾ ਵਿਊ ਆ ਬੰਦੇ ਨੇ ਰਾਤ ਨੂੰ ਜੇ ਕੈਂਪਿੰਗ ਕੁੰਪਿੰਗ ਕਰਨੀ ਹੈ ਨਾ ਸਭ ਕੁਛ ਕਰ ਸਕਦਾ ਜਿਹੜਾ ਬੰਦਾ ਮਤਲਬ ਕਿ ਘੁੰਮਣ ਫਿਰਨ ਦਾ ਸ਼ੌਕੀਨ ਆ ਸਭ ਕੁਛ ਇੱਥੇ ਆਰਾਮ ਨਾਲ ਬੰਦਾ ਆਪਦਾ ਟੈਂਟ ਲਾ ਕੇ ਬਹਿ ਜੇ ਆਪਦਾ ਇੰਜੋਏ ਕਰੇ ਲਾਈਫ ਫਿਰ ਉਹ ਡੌਕ ਉਹਨਾਂ ਨੇ ਯਾਰ ਮਸ਼ੀਨ ਜਾਂ ਕੋਈ ਵੀ ਪਾਰਟ ਦਾ ਕੁਛ ਪਤਾ ਨਹੀਂ ਹੁੰਦਾ ਨਾ ਕਿਹੜੇ ਵੇਲੇ ਕੀ ਹੋ ਜਾਏ ਹੈਪਨ ਕਿਉਂਕਿ ਉਹ ਨਹੀਂ ਆਪਦੇ ਰਿਸਕ ਲੈ ਸਕਦੇ ਉਹ ਤਾਂ ਤੁਸੀਂ ਆਪਦਾ ਰਿਸਕ ਤੁਹਾਡਾ ਸਰਕਾਰ ਨਹੀਂ ਇਹ ਚੀਜ਼ ਦਾ ਰਿਸਕ ਲਊਗੀ ਜ਼ਰੂਰ ਜ਼ਰੂਰ ਕਹਿੰਦਾ ਜਿਹੜਾ ਨੇਚਰ ਅੱਖਾਂ ਨਾਲ ਕੈਪਚਰ ਹੋ ਸਕਦਾ ਨਾ ਉਹ ਮੋਬਾਈਲ 'ਚ ਜਾਂ ਕੈਮਰੇ 'ਚ ਕੈਪਚਰ ਨਹੀਂ ਕਰ ਸਕਦੇ ਤੁਸੀਂ ਕਿ ਨਹੀਂ ਬਿਲਕੁਲ ਸਹੀ ਗੱਲ ਕਹੀ ਤੁਸੀਂ ਭਾਜੀ ਆਓ ਜੋ ਫਿਰ ਚੱਲੀਏ ਹੁਣ ਆਪਾਂ ਅਗਲੇ ਸਪੋਟ ਤੇ ਚੱਲ ਅਗਲੇ ਸਪੋਟ ਤੇ ਚੱਲਦੇ ਹਾਂ ਮਿਲਦੇ ਹਾਂ ਨੈਕਸਟ ਨੈਕਸਟ ਗੁੱਡ ਇਨਵੀਟੇਸ਼ਨ